ਆਂਗਣਵਾੜੀ ਸੈਂਟਰਾਂ ਦੇ ਵਿੱਚ ਘਟੀਆ ਕਿਸਮ ਦੇ ਆ ਰਹੇ ਰਾਸ਼ਨ ਨੂੰ ਲੈ ਕੇ ਅੱਜ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ। ਵੀਰਵਾਰ ਨੂੰ 1:30 ਵਜੇ ਦੇ ਲਗਭਗ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਾਸ਼ਨ ਆ ਰਿਹਾ ਉਹ ਬਹੁਤ ਹੀ ਘਟੀਆ ਕਿਸਮ ਦਾ ਆ ਰਿਹਾ ਅਤੇ ਉਹਨਾਂ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਸਿਰਫ ਕਮਿਸ਼ਨ ਖਾਣ ਦੇ ਲਈ ਇੱਕ ਜੋ ਬਲੈਕਲਿਸਟ ਕੰਪਨੀ ਹੈ ਉਸ ਨੂੰ ਇਹਨਾਂ ਵੱਲੋਂ ਉਸਦਾ ਠੇਕਾ ਦਿੱਤਾ ਹੋਇਆ ਅਤੇ ਇਸ ਨੂੰ ਲੈ ਕੇ ਅੱਜ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਵਿੱਚ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਇੱਥੇ ਇਹਨਾਂ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕਿ ਉਹ ਰਾਸ਼ਨ ਜੋ ਹੈ ਉਹ ਸਹੀ ਭੇਜਿਆ ਜਾਵੇ ਅਤੇ ਜੋ ਇੱਕ ਬਲੈਕਲਿਸਟ ਕੰਪਨੀ ਹੈ ਉਸਦੇ ਕੋਲੋਂ ਠੇਕਾ ਲੈ ਕੇ ਉਹਨਾਂ ਕਿਹਾ ਕਿ ਇਹ ਜਿਹੜਾ ਰਾਸ਼ਨ ਹੈ ਇਹ ਵੇਰਕਾ ਤੋਂ ਹੀ ਉਹਨਾਂ ਤੱਕ ਆਪਣਾ ਭੇਜਿਆ ਜਾਵੇ। ਹਾਂਜੀ, ਮੈਂ ਗੁਰਮੀਤ ਕੌਰ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਹਾਂ ਜੀ। ਅਤੇ ਅਸੀਂ ਅੱਜ ਇੱਥੇ ਰਾਸ਼ਨ ਦੇ ਮੁੱਦੇ ਨੂੰ ਲੈ ਕੇ ਪਹੁੰਚੇ ਹਾਂ ਕਿਉਂਕਿ ਸਾਡੇ ਜਿਹੜੇ ਆਂਗਣਵਾੜੀ ਸੈਂਟਰ ਹੈ ਇਹਨਾਂ ਵਿੱਚ ਜਿਹੜਾ ਰਾਸ਼ਨ ਹੈ ਉਹ ਬਹੁਤ ਹੀ ਘਟੀਆ ਕਿਸਮ ਦਾ ਆ ਰਿਹਾ। ਤਾਂ ਅਸੀਂ ਇਸ ਗੱਲ ਨੂੰ ਲੈ ਕੇ ਜਦੋਂ ਵੀ ਆਪਣੇ ਮਹਿਕਮੇ ਨੂੰ ਪਿਛਲੇ 2 ਮਹੀਨੇ ਤੋਂ ਹੀ ਲਿਖ ਕੇ ਦੇ ਰਹੇ ਹਾਂ ਕਿ ਸਾਡੇ ਜਿਹੜੇ ਲਾਭਪਾਤਰੀ ਉਹ ਰਾਸ਼ਨ ਨੂੰ ਪਸੰਦ ਨਹੀਂ ਕਰ ਰਹੇ, ਤਾਂ ਇਹਦੇ 'ਤੇ ਕੋਈ ਵੀ ਸਾਡੇ ਦਿੱਤੀਆਂ ਹੋਈਆਂ ਜਿਹੜੀਆਂ ਕੰਪਲੇਂਟਸ ਸੀਗੀਆਂ ਉਹਨਾਂ 'ਤੇ ਤਾਂ ਕੋਈ ਵੀ ਕਾਰਵਾਈ ਨਹੀਂ ਹੋਈ। ਹੁਣ ਜਦੋਂ ਕਿ ਇਹ ਰਾਸ਼ਨ ਦਾ ਮੁੱਦਾ ਜਿਹੜਾ ਬਾਹਰ ਆਇਆ ਤਾਂ ਉਲਟਾ ਵਰਕਰਾਂ 'ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਇਹ ਆਂਗਣਵਾੜੀ ਸੈਂਟਰਾਂ ਦੇ ਵਿੱਚੋਂ ਆ ਕੇ ਸਾਨੂੰ ਲਿਖ ਕੇ ਦੇਣ ਕਿ ਜਿਹੜਾ ਰਾਸ਼ਨ ਹੈ ਇਹ ਸਹੀ ਹੈ। ਅਸੀਂ ਇਸ ਤਰ੍ਹਾਂ ਝੂਠਾ ਕਿਵੇਂ ਲਿਖ ਕੇ ਦੇ ਸਕਦੇ ਹਾਂ ਜੀ, ਕਿਉਂਕਿ ਸਾਡੇ ਲਾਭਪਾਤਰੀ ਪਸੰਦ ਨਹੀਂ ਕਰਦੇ, ਸਾਨੂੰ ਲਾਭਪਾਤਰੀ ਕੰਪਲੇਂਟ ਕਰਦੇ ਆ ਕਿ ਸਾਨੂੰ ਇਹ ਰਾਸ਼ਨ ਪਸੰਦ ਨਹੀਂ। ਕੋਈ ਕਹਿੰਦਾ ਕਿ ਖਿਚੜੀ ਕੌੜੀ ਬਣਦੀ ਹੈ, ਕਿਰਕ ਆਉਂਦੀ ਹੈ, ਔਰ ਕੋਈ ਕਹਿੰਦਾ ਕਿ ਨਮਕੀਨ ਦਲੀਆ ਜਿਹੜਾ ਉਹ ਕੌੜਾ ਬਣਦਾ, ਮਿੱਠਾ ਦਲੀਆ ਕੌੜਾ ਬਣਦਾ, ਪੰਜੀਰੀ ਦੇ ਵਿੱਚ ਕੱਚਾ ਸਵਾਦ ਆਉਂਦਾ, ਇਸ ਕਰਕੇ ਲੋਕ ਇਹਨੂੰ ਪਸੰਦ ਨਹੀਂ ਕਰਦੇ। ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਇੱਕ ਕਿਸੇ ਬਲੈਕਲਿਸਟਡ ਕੰਪਨੀ ਨੂੰ ਇਹਦਾ ਠੇਕਾ ਦੇ ਦਿੱਤਾ ਮੋਟੇ ਕਮਿਸ਼ਨ ਖਾਣ ਦੇ ਮਾਰਿਆਂ ਨੇ। ਪਹਿਲਾਂ ਤਾਂ 3 ਤੋਂ 6 ਸਾਲ ਦੇ ਜਿਹੜੇ ਬੱਚੇ ਸੀਗੇ ਉਹ ਸਿਰਫ ਦਾਖਲ ਬੱਚਿਆਂ ਨੂੰ ਅਸੀਂ ਰਾਸ਼ਨ ਦੇਣਾ ਹੁੰਦਾ ਸੀ, ਹੁਣ ਸਾਨੂੰ ਕਹਿੰਦੇ ਸਾਰਿਆਂ ਨੂੰ ਰਾਸ਼ਨ ਦੇ ਦਿਓ। ਉਹ ਜਿੰਨੇ ਬੱਚੇ ਵੱਧ ਦਿਖਾਉਣਗੇ ਉਹਨਾਂ ਕਮਿਸ਼ਨ ਵੱਧ ਆਊਗਾ ਜੀ ਇਹਨਾਂ ਨੂੰ। ਔਰ ਜੇ ਸਾਡੇ ਪ੍ਰਧਾਨ ਜੀ ਇਸ ਗੱਲ ਦੀ ਆਵਾਜ਼ ਉਠਾਉਂਦੇ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਹੀ ਨੌਕਰੀ ਤੋਂ ਬਾਹਰ ਕਰਤਾ, ਉਹਨਾਂ ਦੀਆਂ ਸੇਵਾਵਾਂ ਰੱਦ ਕਰ ਦੀਆਂ ਵੀ ਤਾਂ ਜੋ ਇਹ ਮੁੱਦਾ ਜਿਹੜਾ ਇੱਥੇ ਠੱਪਿਆ ਜਾਵੇ। ਲੇਕਿਨ ਅਸੀਂ ਜਿਹੜੀ ਗੱਲ ਗਲਤ ਹੈ ਅਸੀਂ ਉਹਨੂੰ ਗਲਤ ਹੀ ਕਵਾਂਗੇ। ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਜੇ ਗੱਲ? ਇਹ ਰਾਸ਼ਨ ਜੀ ਇਹਨਾਂ ਨੇ ਫਰਵਰੀ ਦੇ ਵਿੱਚ ਸ਼ੁਰੂ ਕੀਤਾ ਸੀ ਸਾਡੇ ਆਂਗਣਵਾੜੀ ਸੈਂਟਰਾਂ ਦੇ ਵਿੱਚ, ਮਤਲਬ ਮਾਰਚ ਅਪ੍ਰੈਲ 'ਚ ਅਸੀਂ ਵੰਡਣਾ ਸ਼ੁਰੂ ਕਰਤਾ ਸੀ, ਉਦੋਂ ਤੋਂ ਇਹ ਪ੍ਰੋਬਲਮ ਆ ਰਹੀ ਹੈ, ਅਸੀਂ ਮਈ ਤੋਂ ਹੀ ਲਿਖ ਕੇ ਦੇ ਰਹੇ ਹਾਂ। ਬਿਲਕੁਲ ਜੀ, ਜਿਹੜੀ ਪੰਜੀਰੀ ਦੇਖੋ, ਜਿਹੜੀ ਪੰਜੀਰੀ ਹੈ ਪਹਿਲਾਂ ਵੇਰਕਾ ਦੇ ਪਲਾਂਟ ਤੋਂ ਆਉਂਦੀ ਸੀ, ਆਪਣੇ ਪੰਜਾਬ ਦੇ ਵਿੱਚ ਸਰਕਾਰੀ ਪਲਾਂਟ ਹੈ ਜੀ, ਉਹਨਾਂ ਤੋਂ ਇਹਨਾਂ ਨੂੰ ਕਮਿਸ਼ਨ ਨਹੀਂ ਮਿਲਣਾ, ਔਰ ਉਹ ਦੇਸੀ ਘੀ ਬਕਾਇਦਾ ਪੈਕਟ ਦੇ ਉੱਤੇ ਲਿਖਿਆ ਹੋਇਆ ਦੇਸੀ ਘੀ ਉਹਦੇ ਵਿੱਚ ਪਾਇਆ ਜਾਂਦਾ ਸੀ। ਹੁਣ ਵਾਲੇ ਜਿਹੜੇ ਰਿਫਾਈਂਡ ਸੋਇਆਬੀਨ ਆਇਲ ਉਹਦੇ ਉੱਤੇ ਲਿਖਿਆ ਹੋਇਆ ਉਹ ਪਾਇਆ ਜਾ ਰਿਹਾ, ਤੁਸੀਂ ਦੱਸੋ ਵੀ ਉਹ ਲਾਭਪਾਤ ਗਰਭਵਤੀ ਔਰਤਾਂ ਔਰ ਛੋਟੇ ਬੱਚਿਆਂ ਦੇ ਲਈ ਕਿਵੇਂ ਲਾਭਕਾਰੀ ਹੋ ਸਕਦਾ ਹੈ? ਦੇਖੋ ਜੇ ਕਿਸੇ ਦਾ ਨੁਕਸਾਨ ਹੁੰਦਾ ਹੈਗਾ ਤਾਂ ਤੁਸੀਂ ਕਹਿੰਦੇ ਕਿ ਜਿਲ੍ਹਾ ਮਟੀਰੀਅਲ ਸਹੀ ਨਹੀਂ ਆ ਰਿਹਾ ਹੈਗਾ, ਉਹਦੇ ਜ਼ਿੰਮੇਵਾਰ ਮਹਿਕਮੇ ਦੇ ਮੰਤਰੀ ਹੋਣਗੇ ਜੀ, ਮੰਤਰੀ ਹੋਣਗੇ, ਅਧਿਕਾਰੀ ਹੋਣਗੇ ਜਿਹੜੇ ਸਾਨੂੰ ਸਪਲਾਈ ਦੇ ਰਹੇ ਆ। ਇਸੇ ਕਰਕੇ ਤਾਂ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਉੱਠੇ ਆ, ਅਸੀਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣਾ ਹੈ। ਅੱਜ ਤੁਸੀਂ